ਇੱਕ ਭਾਈ ਪੰਡਿਤ ਸੀਗਾ, ਵਧੀਆ ਸਿਆਣਾ ਵਿਦਵਾਨ ਸੀ ਉਹ, ਪੂਰਾ ਤਕੜਾ, ਲਵੇ ਲਾਉਣੇ ਉਹ ਨੰਦਾ ਕਾਰਜ ਹੋਰ ਫੇਰੇ ਫੱਲੇ ਉਹ ਆਪ ਕਰਦਾ ਹੁੰਦਾ ਵਿਦਵਾਨ। ਤੇ ਇੱਕ ਦਿਨ ਕੀ ਹੋਇਆ, ਉਹਨੂੰ ਹੋ ਗਿਆ ਕੰਮ ਕਿਸੇ ਦੇ ਫੇਰੇ ਕਰਨ ਜਾਣਾ, ਤੇ ਉਹ ਆਪਦੇ ਮੁੰਡੇ ਨੂੰ ਕਹਿੰਦਾ ਵੀ ਤੂੰ ਵਗ ਜਾ ਫੇਰੇ ਕਰਨ, ਕਹਿੰਦਾ ਵੀ ਮੈਂ ਵਗ ਜੂ, ਗਾਹਣੋ ਗਣਾ ਮੈਨੂੰ ਗੌਡਾ ਨਾ ਕਰਨਾ ਆਵੇ ਮੁੰਡੇ ਨੂੰ। ਤਿਲਕ ਲਾ ਲਿਆ, ਸਾਰਾ ਕੁਛ ਕਰ ਲਿਆ, ਧੋਤੀ ਪਾ ਲਈ, ਉਹ ਭੁੱਲ ਗਿਆ ਉਹਤੋਂ ਪੁੱਛਣ ਉਹਦੇ ਪਿਓ ਤੋਂ ਵੀ ਉਹ ਕਿਵੇਂ ਕਰਨਾ ਜਿਹੜੇ ਫੇਰਿਆਂ ਵਾਲੇ ਬੋਲਦੇ ਹੁੰਦੇ ਨੇ। ਉਹ ਖਾਮੀ 'ਚ ਕੇ ਬਿੰਦ ਕੇ ਪਿੱਛੋਂ ਕਿਤੇ ਇੱਧਰ ਕਰਦਾ ਕਰੇ ਸਿਰ, ਕਿਤੇ ਇੱਧਰ ਕਰਦਾ ਕਰੇ। ਹੁਣ ਜਿਹੜਾ ਮੂਹਰੇ ਭਾਈ ਵਿਚਾਰਾ ਫੇਰਿਆਂ 'ਤੇ ਬੈਠਾ ਸੀ, ਉਹ ਹੁਣ ਜਾਣੀ ਜਾਣਾ, ਉਹਨੇ ਹਿਸਾਬ ਲਾ ਲਿਆ ਵੀ ਜਾਂ ਤਾਂ ਜਾਣਦਾ ਨਹੀਂ ਫਿਰ ਇਹ ਭਾਈ ਫੇਰੇ ਕਰਨ ਸਿੱਖਦਾ, ਵੀ ਜਾਂ ਫਿਰ ਇਹਦੇ ਗੁੰਗਾ ਇਹ ਵੀ ਜਿਹੜਾ ਬੋਲ ਨਹੀਂ ਸਕਦਾ। ਜਦੋਂ ਐਂ ਊਂ ਕਰਕੇ ਸਾਰਾ ਕੁਝ ਕਰਕੇ ਉਹਨੇ ਐਂ ਸਹਾਰਾ ਦਿੱਤਾ, ਉਦੋਂ ਬੋਲ ਪਿਆ ਉਹ। ਜਦੋਂ ਸਹਾਰਾ ਦਿੱਤਾ ਵੀ ਇਹਨੂੰ ਪਲਾ ਜਾ ਨਹੀਂ ਪਾਉਂਦੇ ਹੁੰਦੇ ਫੇਰਾਂ 'ਤੇ, ਵੀ ਆ ਪਲਾ ਜਾ ਪਾਉਣ ਨੂੰ ਸਹਾਰਾ ਦਿੱਤਾ ਜਦੋਂ ਵੀ ਇਹਦੇ ਲੜਕੀ ਦੇ ਸਿਰ 'ਚ ਪਾ ਦਿਓ। ਉਹ ਕਹਿੰਦਾ ਬਾਬਾ, ਕਹਿੰਦਾ ਹਾਂ, ਉਹ ਕਹਿੰਦਾ ਮੈਨੂੰ ਤਾਂ 2 ਘੰਟਿਆਂ ਦਾ ਮੈਂ ਤਾਂ ਦਿਮਾਗ ਲੜਾਈ ਜਾਂਦਾ ਵੀ ਤੂੰ ਗੂੰਗਾ। ਕਹਿੰਦਾ ਕਿਉਂ? ਕਹਿੰਦਾ ਬੋਲਿਆ ਤੂੰ ਹੈ ਹੀ ਨਹੀਂ ਪਲੇ ਬਲੇ ਬੋਲਿਆ। ਕਹਿੰਦਾ ਕਿ ਪਿਛਲੇ ਟੱਪੀ ਨਹੀਂ ਜਾਣਦਾ। ਉਹ ਭਾਈ ਫਿਰ ਸਮਝ ਲਿਆ, ਉਹਨੇ ਐਂ ਮਾਰਤੀ ਨੂੰ ਉਂਗਲ ਵੀ ਤੂੰ ਬੋਲਣਾ, ਉਹਨੇ ਆਖਿਆ ਵੀ ਚੁੱਕ ਕੇ ਫਿਰੇ ਪੜ੍ਹਦਾ ਉਹ। ਠੀਕ ਹੈ ਗੱਲ। ਅਤੇ ਉਹ ਫਿਰ ਬੈਠਾ ਝੱਕ ਹੀ ਗਿਆ। ਉਹ ਥੋੜ੍ਹੇ ਜਿਹੇ ਚਿਰ ਪਿੱਛੋਂ ਉਹ ਆਗਣੀ 'ਚ ਪਾਉਂਦੇ ਹੁੰਦੇ ਨੇ, ਕਿਹੋ ਜਿਹਾ, ਹਾਂ, ਜਦੋਂ ਆਗਣੀ 'ਚ ਐਂ ਪਾਇਆ ਉਦੋਂ ਫਿਰ ਬੋਲ ਪਿਆ ਉਹ। ਉਹਨੇ ਗੱਲ ਨੋਟ ਕਰ ਲਈ ਵੀ 2 ਵਾਰਾਂ ਬਾਬਾ ਬੋਲਿਆ, ਉਹ ਫੇਰਿਆਂ 'ਚ ਬੋਲਿਆ ਨਹੀਂ। ਚੱਲ ਭਾਈ, ਜਦੋਂ ਸਾਰਾ ਕੁਛ ਹੋ ਗਿਆ, ਕਹਿੰਦੇ ਵੀ ਫੇਰੇ ਹੋ ਗਏ, ਚਲੋ ਚੱਲੀਏ। ਅੱਗੇ ਪੈਸੇ ਰਾਤੋਂ ਤੁਰਦੇ ਹੁੰਦੇ, ਅੱਗੇ ਚਲੋ ਚੱਲੀਏ ਵੀ ਫੇਰੇ ਹੋ ਗਏ, ਹੁਣ ਨਹੀਂ ਜਾਣ ਰੁਕਦੀ। ਉਹ ਕਹਿੰਦਾ ਵੀ ਬਾਪੂ, ਕਹਿੰਦਾ ਹਾਂ, ਕਹਿੰਦਾ ਗੱਲ ਸੁਣ ਲੈ ਮੇਰੀ। ਕਹਿੰਦਾ ਹਾਂ। ਕਹਿੰਦਾ ਫੇਰੇ ਪੂਰੇ ਨਹੀਂ ਹੋਏ? ਕਹਿੰਦਾ ਕਿਉਂ? ਕਹਿੰਦਾ ਨਾ, ਫੇਰੇ ਪੂਰੇ ਨਹੀਂ ਹੋਏ ਮੇਰੇ। ਕਹਿੰਦਾ ਕਿਉਂ? ਕਹਿੰਦਾ ਕੱਲ੍ਹ ਦੀ ਰਾਤ ਹੋਰ ਖੜ੍ਹ ਜਾਓ, ਜੇ ਕਹਿੰਦਾ ਆਹ ਤਾਂ ਵਿਚਾਰੇ ਵਾਗੇ ਨਹੀਂ ਰਹਿਣੀ। ਕਹਿੰਦਾ ਕਿਉਂ? ਕਹਿੰਦਾ ਨਾ, ਫੇਰੇ ਪੂਰੇ ਨਹੀਂ ਹੋਏ। ਕਹਿੰਦਾ ਕਿਉਂ? ਕਹਿੰਦਾ ਬਾਬਾ ਫੇਰੇ ਜਾਣਦੇ ਨਹੀਂ। ਠੀਕ ਹੈ ਭਾਈ, ਤੂੰ ਮੈਂ ਲੱਗ ਗਿਆ ਕਹਿਣ। ਕਹਿੰਦੇ ਜਦ ਤੂੰ ਕੁਛ ਹੇਡਾਂ ਕਰਦਾ ਵੀ ਬਾਬਾ ਆਖ ਨੂੰ ਫੇਰੇ ਪੜ੍ਹਨ ਜਾਣਦਾ, ਆਖ ਨੂੰ ਫੇਰ ਹੀ ਬੈਠਾ ਫੇਰਿਆਂ 'ਤੇ। ਕਹਿੰਦਾ ਨਾ ਵੀ, ਮੇਰਾ ਦਿਲ ਨਹੀਂ ਮੰਨਦਾ। ਕਹਿੰਦਾ ਕਿਉਂ? ਕਹਿੰਦਾ ਨਾ, ਮੇਰਾ ਦਿਲ ਨਹੀਂ ਮੰਨਦਾ। ਜਦੋਂ ਭਾਈ ਦਲਾ ਉਹ ਬਾਬੇ ਕੋਲ ਵੱਗ ਗਿਆ, ਕਹਿੰਦਾ ਬਾਬਾ ਗੱਲ ਸੁਣ ਮੇਰੀ, ਅਸੀਂ ਤੁਰਨਾ ਬਰਾਤ ਲੈ ਕੇ, ਪਹਿਰਾ ਤੋਂ ਤੁਰਦੇ ਹੁੰਦੇ ਗੇ, ਪਹਿਰਾ ਤੋਂ ਫੇਰੇ ਹੁੰਦੇ। ਠੀਕ ਹੈ। ਜਦੋਂ ਭਾਈ ਪਹਿਰਾਤ, ਕਹਿੰਦਾ ਰਹਿੰਦੀ ਆ ਬਾਬਾ ਅਸੀਂ ਤੁਰਨਾ, ਵੀ ਤੂੰ ਐਂ ਦੱਸਦੇ ਵੀ ਫੇਰੇ ਜਾਣਦਾ ਕਿ ਨਾ, ਵੀ ਪੜ੍ਹੇ ਨੇ ਕਿ ਨਾ ਪੜ੍ਹੇ ਨੇ। ਠੀਕ ਹੈ। ਕਹਿੰਦਾ ਉਹ ਕਹਿੰਦਾ ਗੱਲ ਸੁਣ ਭਗਤਾ ਮੇਰੀ, ਜੇ ਤਾਂ ਲਟਕੀ ਹੋਈ ਘਰਾਣੇ ਕਰਦੀ, ਚਾਹੇ ਫੇਰੇ ਮੈਂ ਜਾਣਦਾ ਚਾਹੇ ਨਾ ਜਾਣਦਾ, ਤਾਂ ਇਹ ਬਸਜੂ ਊ ਚ ਜਿਹੜੇ ਮਰਜ਼ੀ ਵਿਦਵਾਨ ਨੂੰ ਲੈ ਜਾ, ਨਾ ਬਸਣਾ ਉਹ 5 ਵਾਰਾਂ ਪੜ੍ਹਾ ਦੀ ਕਹਾਣੀ ਬਸਦੀ। ਭਾਈ ਚੁੱਪ ਕਰਕੇ ਕਹਿੰਦਾ ਵੀ ਚਲੋ ਚੱਲੀਏ। ਉਹਦਾ ਨਾਲ ਤਾਏ ਚਾਚੇ ਤੀ ਜਿਹੜੇ, ਉਹ ਕਹਿੰਦਾ ਭਾਈ ਹੋ ਗਈ ਤਸੱਲੀ? ਕਹਿੰਦਾ ਹਾਂ ਹੋ ਗਈ। ਅਤੇ ਉਹ ਰੋਜ਼ ਵਿਚਾਰਾ ਭਾਈ ਸੰਸੇ 'ਚ ਰਿਹਾ ਕਰੇ ਵੀ ਮੇਰੇ ਫੇਰੇ ਨਹੀਂ ਹੋਏ, ਵੀ ਭੱਜੂਗੀ ਇਹ, ਹਾਂ ਮੇਰੇ ਫੇਰੇ ਨਹੀਂ ਹੋਏ, ਫੇਰਿਆਂ ਦਾ ਟੈਸ਼ਨ ਪੈ ਗਿਆ ਉਹਨੂੰ ਵੀ ਮੇਰੇ ਫੇਰੇ ਨਹੀਂ ਹੋਏ। ਠੀਕ ਹੈ। ਉਹ ਇਤਨੇ ਭਾਈ ਕਿਸੇ 'ਤੇ ਹੋਰ ਆ ਗਿਆ ਪਿਆ, ਉਹ ਕਹਿੰਦਾ ਵੀ ਦੇਖ ਲੈ ਕਰਕੇ ਚਾਚਾ ਸਾਂ ਜਾਣ ਚੱਲੀ। ਉਹ ਕਹਿੰਦਾ ਵੀ, ਕਹਿੰਦਾ ਇਹ ਨਹੀਂ ਜਾਂਦਾ, ਮੇਰਾ ਪਿਓ ਨਹੀਂ ਜਾਂਦਾ, ਮੈਂ ਜਾਊਂ। ਕਹਿੰਦਾ ਕਿਉਂ? ਕਹਿੰਦਾ ਆਹੋ ਮੈਂ ਚੱਲੂੰਗਾ। ਕਹਿੰਦਾ ਵੀ ਚੰਗਾ, ਤੂੰ ਸਿਮਰਾ ਲੀੜੇ ਭਾਈ, ਤੂੰ ਵਗਤੇ ਨਹੀਂ ਬਰਾਤ ਲੈ ਕੇ ਭਾਈ। ਉਹ ਬਾਗਾਂ ਨਾਲ ਵਿਚਾਰਾ, ਉਹਨੇ ਆਖਿਆ ਵੀ ਆਪਾਂ ਐਂ ਦੇਖਾਂਗੇ ਵੀ ਬਾਬੇ ਫਿਰ ਹਰੇਕ ਹੀ ਐਂ ਕਰਦੇ ਨੇ ਕਿ ਇਕੱਲੇ ਮੇਰੀ ਐਂ ਕਰੇ ਨੇ। ਹੁਣ ਕਿਉਂ ਜਿਹੜਾ ਕੋਈ ਉੱਥੇ ਭਾਈ ਗਏ ਤੀ ਜਾਣ, ਉੱਥੋਂ ਦਾ ਪੰਡਿਤ ਫਿਰੇ ਜਾਣਦਾ ਤੀ, ਉਹ ਬੋਲ ਕੇ ਲੱਗ ਗਿਆ ਜਿਵੇਂ ਮੁੰਡਾ ਕਰਦੇ ਨੇ ਕਰਨ ਲੱਗ ਗਿਆ। ਉਹਨੇ ਜਦੋਂ ਫੇਰੇ ਫੂਰੇ ਪੜ੍ਹ ਲਏ, ਕਹਿੰਦਾ ਬਾਬਾ, ਕਹਿੰਦਾ ਹਾਂ, ਕਹਿੰਦਾ ਐਂ ਫੇਰੇ ਹੁੰਦੇ ਨੇ? ਕਹਿੰਦਾ ਹਾਂ ਭਾਈ, ਜਦੋਂ ਤੇਰੇ ਹੋਏ ਤੈਨੂੰ ਪਤਾ ਲੱਗ ਜੂ ਫੇਰੇ ਤਾਂ ਹੀ ਹੁੰਦੇ ਨੇ।
ਉਹ ਕਹਿੰਦਾ ਬਾਬਾ ਕਹਿੰਦਾ ਹਾਂ ਕਹਿੰਦਾ ਇਸੇ ਗੱਲ ਦਾ ਤਾਂ ਕਹਿੰਦਾ ਮੈਨੂੰ 4 ਸਾਲ ਹੋ ਗਏ ਸੰਸੇ 'ਚ ਕਹਿੰਦਾ ਕਿਉਂ ਕਹਿੰਦਾ ਮੇਰੇ ਫੇਰਿਆਂ ਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਪੜ੍ਹਤੇ ਕਹਿੰਦਾ ਪਤਾ ਨਹੀਂ ਤਾਂ ਬਾਬਾ ਗੂੰਗਾ ਤੀ ਪਤਾ ਨਹੀਂ ਭਾਈ ਮੈਨੂੰ ਨਹੀਂ ਸੁਣਿਆ ਕਹਿੰਦਾ ਤਾਂ ਬੋਲੀ ਨਹੀਂ ਕੁਛ ਇਕੱਲੇ ਕਹਿੰਦਾ ਉਹ ਜੋ ਤੇਲ ਜਾਪਣਾ ਹੁੰਦਾ ਉਹ ਤਾਂ ਬੋਲਣ ਦਾ ਦੀ ਪਤਾ ਨਹੀਂ ਦਿਮਾਗ 'ਚ ਪੜ੍ਹਦਾ ਕਹਿੰਦਾ ਉਹ ਭਾਈ ਕਹਿੰਦਾ ਯਾਰ ਫਿਰ ਤੇਰੇ ਫੇਰੇ ਨਹੀਂ ਪੜ੍ਹੇ ਗਏ ਪੰਡਿਤ ਨੇ ਵੀ ਆਖਿਆ ਵੀ ਬੂਝੜਿਆ ਤਾਂ ਜੱਟ ਵੀ ਲਵਾਂਗੇ ਤੂੰ ਕੁਛ ਹੁਣ ਕਹਿੰਦਾ ਭਾਈ ਤੇਰੇ ਫੇਰੇ ਨਹੀਂ ਪੜ੍ਹੇ ਗਏ ਕਹਿੰਦਾ ਵੀ ਠੀਕ ਹੈ ਬਾਬਾ ਕਹਿੰਦਾ ਭਾਈ ਐਂ ਕਰੀ ਮੈਂ ਭਗਤ ਨੂੰ ਤੇਰੇ ਘਰੇ ਜੇ ਤੈਨੂੰ ਬਹਿਮ ਹੈ ਫੇਰੇ ਪੜ੍ਹਿਆ ਮੈਂ ਠੀਕ ਹੈ ਕਹਿੰਦਾ ਚੰਗਾ ਬਾਬਾ ਆ ਕੇ ਉਹਦੇ ਪਿਓ ਨੂੰ ਕਹਿੰਦਾ ਬਾਪੂ ਕਹਿੰਦਾ ਹਾਂ ਕਹਿੰਦਾ ਵਿਆਹ ਤਾਂ ਮੇਰਾ ਹੁਣ ਹੋਊ ਕਹਿੰਦਾ ਕਿਉਂ ਕਹਿੰਦਾ ਫੇਰੇ ਮੇਰੇ ਹੁਣ ਪੜ੍ਹਨ ਹੋਊ ਪੰਡਿਤ ਉਹ ਕਹਿੰਦਾ ਵਿਆਹ ਨੂੰ ਕੋਈ ਲੈਣਾ ਹੋਊ ਤਾਂ ਇੱਥੋਂ ਤਾਂ ਆਊ ਕਹਿੰਦਾ ਨਾ ਮੈਂ ਤਾਂ ਫੇਰੇ ਪੜ੍ਹੂ ਕਹਿੰਦਾ ਵੀ ਚੰਗਾ ਚੱਲ ਭਾਈ ਇੱਕ ਦੋ ਨੂੰ ਹੋਰ ਨੂੰ ਕਹਿਤਾ ਵੀ ਭਾਈ ਇਹਨੂੰ ਵਹਿਮ ਹੈ ਚੱਲ ਉਹਨਾਂ ਦਾ ਰਮਜਰ ਕਰ ਲੈਣ ਦਿਓ ਅਤੇ ਉਹਦੇ ਘਰ ਵਾਲੀ ਨੂੰ ਪਤਾ ਲੱਗ ਗਿਆ ਉਹ ਕਹਿੰਦੀ ਜੀ ਕੀ ਗੱਲ ਫੇਰੇ ਵੀ ਤੁਸੀਂ ਦੁਬਾਰੇ ਪੜ੍ਹਾਉਣੇ ਹੋ ਕਹਿੰਦਾ ਮੈਨੂੰ ਵਹਿਮ ਹੈ ਮੇਰੇ ਫੇਰੇ ਨਹੀਂ ਪੜ੍ਹੇਗੇ ਕਹਿੰਦੀ ਅੱਛਾ ਕਹਿੰਦੀ ਜਦ ਦੁਬਾਰੇ ਲੈ ਲਓ ਜੀ ਚੱਲ ਉਹਨੇ ਵੀ ਸੋਚ ਲਿਆ ਵੀ ਇਹਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੈਗਾ ਠੀਕ ਹੈ ਵੀ ਜੇ ਵਿਸ਼ਵਾਸ ਹੁੰਦਾ ਨਹੀਂ ਫੇਰਿਆਂ ਤੂੰ ਕੀ ਲੈਣਾ ਸੀ ਚੱਲ ਭਾਈ ਪੰਡਿਤ ਆ ਗਿਆ ਪੰਡਿਤ ਕਹਿੰਦਾ ਵੀ ਬਾਬਾ ਕਹਿੰਦਾ ਆ ਗਿਆ ਕਹਿੰਦਾ ਹਾਂ ਕਹਿੰਦਾ ਲੈ ਭਾਈ ਅਗਨੀ ਕਰੋ ਤਿਆਰ ਉਹ ਲੋਹੇ ਦੇ ਹੁੰਦੇ ਕੁੰਡੇ ਜੇ ਉਹਦੇ 'ਚ ਲੱਕੜ ਲੁੱਕੜ ਜੇ ਚਿਣਕੇ ਹੋਰ ਚੰਨਣ ਦਾ ਬੂਰ ਜਿਹਾ ਪਾ ਕੇ ਅਡਰਪਟ ਜਿਹਾ ਪਾ ਕੇ ਪੰਡਿਤ ਅੱਗ ਬਣਾਉਂਦਾ ਹੁੰਦਾ ਅਗਨੀ ਨਾਲ ਫੇਰੇ ਹੁੰਦੇ ਤੀ ਨਾ ਜਦੋਂ ਭਾਈ ਕਹਿੰਦੇ ਵੀ ਲਿਆਓ ਲਟਕੀ ਨੂੰ ਬਿਠਾਓ ਫੇਰਾਂ 'ਤੇ ਲਟਕੀ ਨੇ ਅੰਦਰ ਗੁੰਡਾ ਲੈ ਲਿਆ ਅੱਛਾ ਉਹ ਕਹਿੰਦੀ ਕਿ ਕਹਿੰਦੇ ਭਾਈ ਆ ਜਾ ਫੇਰਿਆਂ 'ਤੇ ਕਹਿੰਦੀ ਜੀ ਮੈਂ ਤਾਂ ਵਿਆਹੀ ਹੋਈ ਹੈ ਕਹਿੰਦਾ ਕਿਉਂ ਕਹਿੰਦੇ ਮੈਂ ਤਾਂ ਵਿਆਹੀ ਹੋਈ ਹਾਂ ਜੀ ਇਹਨੇ ਫੇਰੇ ਲੈਣੇ ਨੇ ਕਹਿੰਦਾ ਵੀ ਅਗਨੀ 'ਤੇ ਫੇਰੇ ਲੈਣੇ ਨੇ ਮੈਂ ਅਗਨੀ ਨਾਲ ਲੈ ਲਏ ਮੇਰੇ ਨਾਲ ਤਾਂ ਹੋਏ ਹੋਏ ਨੇ ਉਹ ਵੀ ਪੰਡਿਤ ਕਹਿੰਦਾ ਭਾਈ ਤੂੰ ਆ ਜਾ ਇਹਨੂੰ ਇਹਦਾ ਜੀ ਟਿਕ ਜੂ ਮਾੜਾ ਜਾ ਅਤੇ ਮੈਂ ਚੱਲ ਆਪਦਾ ਰੋਟੀ ਪਾਣੀ ਦੇ ਵੇਲੇ ਹੋ ਜੂੰ ਤੇਰਾ ਕੋਈ ਜ਼ੋਰ ਲੱਗਦਾ ਤੂੰ ਬਹਿ ਜਾ ਉਹਨੇ ਵੀ ਢਿੱਡ 'ਚ ਗੁੱਸਾ ਕਰਿਆ ਵੀ ਫੇਰੇ ਦੁਬਾਰੇ ਕੋਲ ਲੈਂਦਾ ਉਹਨੇ ਤਾਂ ਲਿੱਤੇ ਆਪਦੇ ਜਾਣੇ ਸੰਖਿਆ 'ਚ ਵੀ ਮੇਰੇ ਫੇਰੇ ਹੋਏ ਨਹੀਂ ਉਹਨੂੰ ਆਇਆ ਹੋਇਆ ਜਿਵੇਂ ਦਾਦੀ ਨੂੰ ਵੀ ਮੇਰੇ ਫੇਰੇ ਹੋਏ ਹੋਏ ਨੇ ਵੀ ਮੈਂ ਇਹ ਦੁਬਾਰੇ ਕੋਲ ਲੈਂਦਾ ਉਹ ਬਹਿ ਗਈ ਜਦੋਂ ਬਾਬੇ ਨੇ ਭਜਾ ਦਾ ਸਾਰਾ ਰਾਮ ਰਵੀਆ ਕਰਕੇ ਕਹਿੰਦਾ ਲੈ ਭਾਈ ਸੁਖੀ ਵਸੋ ਉਹ ਬੈਠੇ ਬੈਠੇ ਫੇਰਿਆਂ 'ਤੇ ਪਤਾ ਕੀ ਬੋਲੀ ਕਹਿੰਦੀ ਬਾਬਾ ਇਸ ਤੋਂ ਪਹਿਲਾਂ ਤਾਂ ਸੁਖੀ ਵਸੀ ਅਤੇ ਹੁਣ ਦੁਖੀ ਵਸੂ ਠੀਕ ਹੈ ਉਹ ਕਹਿੰਦਾ ਕਿਉਂ ਕਹਿੰਦੀ ਨਾ ਇਸ ਤੋਂ ਪਹਿਲਾਂ ਸੁਖੀ ਪਾ ਦਿੱਤੀ ਅਤੇ ਹੁਣ ਦੁਖੀ ਵਸੂ ਕਹਿੰਦੀ ਕਿਉਂ ਕਹਿੰਦੀ ਤਾਂ ਦੂਜੇ ਵਾਰ ਫੇਰੇ ਹੋ ਗਏ ਇਹ ਨਹੀਂ ਪਤਾ ਤੀਜੀ ਵਾਰ ਲੈ ਕੇ ਖੜ੍ਹ ਜੇ ਜਿੰਨੇ ਫੇਰੇ ਹੋਣਗੇ ਉਹ ਜਿੰਨੇ ਵਾਰਾਂ ਹੋਣਗੇ ਉਨੇ ਵਾਰੀ ਕਹਿੰਦੀ ਇਹ ਕੰਮ ਹੋਊਗਾ ਕਹਿੰਦੀ ਫੇਰੇ ਤਾਂ ਕੇਰੀ ਲਏ ਵਾਧੂ ਹੁੰਦੇ ਨੇ ਤਾਂ ਦੂਜੀ ਵਾਰ ਲੈ ਗਿਆ ਉਹ ਕਹਿੰਦਾ ਭਾਈ ਨਹੀਂ ਪੜ੍ਹੇ ਨਹੀਂ ਤੀ ਕਹਿੰਦੀ ਬਾਬਾ ਠੀਕ ਹੈ ਚੱਲ ਭਾਈ ਥੋੜ੍ਹਾ ਘੰਟਾ ਟਾਈਮ ਲੰਘ ਗਿਆ ਕਿਤੇ ਉਹ ਬਿਮਾਰ ਹੋ ਗਿਆ ਮੁੰਡਾ ਜਿਮੀਦਾਰ ਦਾ ਉਹ ਕਹਿੰਦੀ ਕਿ ਵੀ ਭਗਵਾਨਾਂ ਵੀ ਚੱਲ ਕਿਸੇ ਚੰਗੇ ਵੈਦ ਤੋਂ ਦਵਾਈ ਲਿਆ ਅਤੇ ਉਹ ਕਹਿੰਦਾ ਵੀ ਬਖ ਚੱਲਦੇ ਹਾਂ ਅੱਗੇ ਵੈਦ ਹੁੰਦੇ ਸਾਂਭਲਾ ਡਾਕਟਰ ਡੁਕਟਰ ਤਾਂ ਹੁੰਦੇ ਨਹੀਂ ਉਹ ਦੇਸੀ ਵੈਦ ਹੁੰਦੇ ਅਤੇ ਉਹ ਭਾਈ ਵੈਦ ਨੂੰ ਕਹਿੰਦਾ ਵੀ ਐਂ ਕਰਕੇ ਜੀ ਮੈਨੂੰ ਸੰਖਿਆ ਜੀ ਹੋਈ ਰਹੀ ਆ ਪਹਿਲਾਂ ਤਾਂ ਇੰਨਾ ਚਿਰ ਵੀ ਮੇਰੇ ਫੇਰੇ ਨਹੀਂ ਅਤੇ ਉਹ ਮੈਂ ਦੁਬਾਰੇ ਲੈ ਲਏ ਵੀ ਹੁਣ ਉੱਦਾਂ ਤਾਂ ਮੈਂ ਬਿਮਾਰ ਹੋ ਗਿਆ ਉਹ ਭਾਈ ਪੰਡਿਤ ਵੀ ਪੁੱਜ ਗਿਆ ਪੰਡਿਤ ਕਹਿੰਦਾ ਭਾਈ ਐਂ ਕਰ ਅਤੇ ਤੂੰ ਜਾ ਕੇ ਪੈ ਜਾ ਚੁੱਪ ਕਰਕੇ ਕੱਪੜਾ ਦੱਬ ਕੇ ਕੱਲ੍ਹ ਨੂੰ ਆਈ ਮੇਰੇ ਕੋਲ ਤੜਕੇ ਹੁਣ ਤੂੰ ਜਾ ਕੇ ਮੁੜਕਾ ਲੈ ਲੈ ਕਹਿੰਦਾ ਚੰਗਾ ਬਾਬਾ ਦਵਾਈ ਤਾਂ ਦੇ ਕਹਿੰਦਾ ਬਸ ਤੈਨੂੰ ਕੱਲ੍ਹ ਨੂੰ ਆ ਜਾਈ ਕਹਿੰਦਾ ਚੰਗਾ ਦੂਜੇ ਦਿਨ ਭਾਈ ਉਹ ਜਿਹੜਾ ਅਤਿਕਾ ਵੈਦ ਆ ਉਹ ਉੱਠਣ ਤੋਂ ਪਹਿਲਾਂ ਹੀ ਵੱਗ ਗਿਆ ਤੜਕੀ ਉਹਦੇ ਹਾਂ ਉਹਦੇ ਘਰੇ ਉਹਦੇ ਪਿਓ ਨੂੰ ਕਹਿੰਦਾ ਉਰੇ ਆਵੀ ਕਹਿੰਦਾ ਹਾਂ ਕਹਿੰਦਾ ਜਿਹੜੀ ਮਾਨਸ ਹੁੰਦੀ ਆ ਨਾ ਇਹ 3-12 ਦਿਨ 'ਚ ਚੱਲਦੀ ਆ ਬੰਦੇ 'ਤੇ ਕਹਿੰਦਾ ਕਿਵੇਂ ਕਹਿੰਦਾ ਤੇਰੇ ਮੁੰਡੇ 'ਤੇ ਤਾਂ 9-12 ਚੱਲਦੀ ਹੈ ਠੀਕ ਹੈ ਇਹਨੂੰ ਕੋਈ ਬਿਮਾਰ ਨਹੀਂ ਕੁਛ ਨਹੀਂ ਇਹਨੂੰ ਡਾਲ ਨਹੀਂ ਹੋਇਆ ਇਹਨੂੰ ਵਹਿਮ ਹੋਇਆ ਹੋਇਆ ਠੀਕ ਹੈ ਕਹਿੰਦਾ ਉਹ ਕਿਵੇਂ
ਕਹਿੰਦਾ ਪਹਿਲਾਂ ਤੈਨੂੰ ਐਂ ਵਹਿਮਤੀ ਵੀ ਮੇਰੇ ਫੇਰੇ ਨਹੀਂ ਹੋਏ, ਉਹ ਵਹਿਮ ਨੇ ਖਾ ਲਿਆ ਸੀ। ਫਿਰ ਜੋ ਦੂਜੀ ਵਾਰ ਲੈ ਲਿਓ ਤਾਂ ਲੜਕੀ ਨੇ ਕਹਿਤਾ ਵੀ ਇੱਦੂ ਪਹਿਲਾਂ ਸੁਖੀ ਪਾ ਦਿੱਤੀ ਹੁਣ ਦੁਖੀ ਪਸੂ। ਕਹਿੰਦਾ ਹੁਣ ਉਹ ਟੈਸਨ ਇਹਨੂੰ, ਕਹਿੰਦਾ ਹੁਣ ਉਹ ਟੈਸਨ ਤਾਂ ਮੈਂ ਚੱਕਤੀ, ਚੱਲ ਪੰਡਤਾਂ ਨੇ ਫੇਰੇ ਪੜ੍ਹਤੇ, ਇਹ ਚੱਕ। ਕਹਿੰਦਾ ਕਿਵੇਂ ਚੱਕਦੇ? ਉਹ ਕਹਿੰਦਾ ਫਿਰ ਬਾਬਾ ਤੂੰ ਚੱਕ ਸਕਦਾ, ਤੂੰ ਬੈਦ ਹੈ। ਕਹਿੰਦਾ ਮੈਂ ਟੈਸਨ ਤਾਂ ਚੱਕ ਦੂੰ ਪਰ ਮੈਂ ਪੰਡਤ ਵਾਲਾ ਲਾਲਚ ਨਹੀਂ ਕਰਦਾ। ਜਦੋਂ ਵੀ ਉੱਠ ਖੜਿਆ ਉਹਨੂੰ ਕਹਿੰਦਾ ਵੀ ਲੈ ਚਾਹ ਪਾਣੀ ਪੀ ਭਾਈ, ਮੈਂ ਤੈਨੂੰ ਦਵਾਈ ਦੇਣ ਆਇਆ। ਕੋਲ ਸੱਦ ਲਈ ਉਹਦੇ ਘਰ ਵਾਲੀ, ਪੀੜੀ 'ਤੇ ਬਿਠਾ ਤੀ ਉਹ, ਦੂਜੇ ਪਾਸੇ ਮੰਜੇ 'ਤੇ ਬਹਿ ਗਿਆ ਉਹ, ਅਤੇ ਉਹਨੇ ਭਜਾ ਕੁਰਸੀ ਡਾਲੀ ਪੰਡਤ ਨੇ, ਉਹਨੇ ਬੈਦ ਨੇ। ਕਹਿੰਦਾ ਲੈ ਭਾਈ ਮੈਂ ਦਵਾਈ ਦਿੰਦਾ, ਤੂੰ ਇਹਨੂੰ ਆਪਦੇ ਹੱਥ ਨਾਲ ਦਵਾਈ ਦੇ ਦੀ, ਵੱਧ ਨਾ ਲੈ ਲਏ। ਉਹਨੇ ਭਈ ਐਂ ਸਮਝ ਲਿਆ, ਉਹਨੂੰ ਝੁਟਕੀ ਰੱਖ ਦੀ ਫੜਾਤੀ। ਕਹਿੰਦਾ ਨਾ ਤਾਂ ਭਾਈ ਇਹਨੂੰ ਪਾਣੀ ਦੇ ਦੇ, ਇਹਨੂੰ ਦਵਾਈ ਦੇ ਦੇ, ਮੂੰਹ 'ਚ ਪਾ ਦੇ ਦੇ। ਉਹ ਕਹਿੰਦਾ ਮੈਨੂੰ ਦਿਖਾ। ਉਹ ਕਹਿੰਦਾ ਭਾਈ ਇਹ ਦਵਾਈ ਇਹੋ ਜਿਹੀ ਦੇਖੇ ਤੋਂ ਤਾਂ ਕਹਿੰਦਾ ਕੌੜੀ ਹੋਜੂ, ਤੂੰ ਦੇਖੀ ਨਾ ਇਹਨੂੰ ਐਂ ਪਾ ਲਾ ਮੂੰਹ 'ਚ। ਉਹਨੇ ਭਾਈ ਉਵੇਂ ਜਿਕਰੀ ਮੂੰਹ 'ਚ ਪਾ ਲਈ, ਉਹਨੇ ਉਹਦੀ ਪਾਣੀ ਨਿਕਲਾ ਛੱਡਤਾ, ਹੈਗੀ ਤੂੰ ਰਾਖ। ਲੈ ਕਹਿੰਦਾ ਹੁਣ ਤੂੰ ਪੈ ਜਾ ਭਾਈ, ਮੈਂ ਹਜੇ ਬੈਠਾ ਗੱਲਾਂ ਬਾਤਾਂ ਕਰਦਾ, ਜੇ ਨਾ ਠੀਕ ਹੋਇਆ ਮੈਨੂੰ ਦੱਸ ਦੀ। ਉਹ ਕਹਿੰਦਾ ਚੰਗਾ, ਪਿਆ ਰਿਹਾ ਭਾਈ, ਹੋਇਆ ਤੈਨੂੰ ਕੁਛ ਨਹੀਂ ਤੀ? ਪਿਆ ਰਿਹਾ, ਵਹਿਮ ਦਾ ਬਿਮਾਰੀ ਤੀ ਉਹਨੂੰ, ਪਿਆ ਰਿਹਾ। ਪਏ ਪਏ ਤੇ ਦਿਮਾਗ ਨੇ ਸੋਚਿਆ ਵੀ ਮੇਰਾ ਸਾਰਾ ਜਿਹਾ ਨੇ ਭੱਜਣਾ ਹੁੰਦਾ, ਫਿਰ ਦਵਾਈ ਆਪਾਂ ਨੂੰ ਕਹਿੰਦੀ ਤੀ, ਕਿਉਂ ਪਾਣੀ ਫੜਾਉਂਦੀ, ਕਿਉਂ ਇਹ ਆਪਣੇ ਕੋਲੇ ਬਹਿੰਦੀ, ਵੀ ਇਹ ਤਾਂ ਆਪਾਂ ਨੂੰ ਵਹਿਮ ਹੈ। ਥੋੜ੍ਹੇ ਚਿਰ ਪਿੱਛੋਂ ਸਿਰ ਉੱਤੋਂ ਲਾ ਕੇ ਮਾਰਿਆ ਕੱਪੜਾ ਪਰਾਂ। ਕਹਿੰਦਾ ਬਾਬਾ ਲੋਟ ਹੈ? ਕਹਿੰਦਾ ਹੋ ਗਿਆ ਲੋਟ? ਕਹਿੰਦਾ ਹਾਂ। ਕਹਿੰਦਾ ਬਾਬਾ ਤੈਨੂੰ ਕੀ ਪਤਾ ਲੱਗ ਗਿਆ ਵੀ ਇਹਨੂੰ ਵਹਿਮ, ਅੰਦਰੋਂ ਵਹਿਮ ਹੈ? ਉਹ ਕਹਿੰਦਾ ਭਾਈ ਜਦੋਂ ਮੈਂ ਇਹਨਾਂ ਦੇ ਮੂੰਹੋਂ ਸੁਣੀ ਆ ਗੱਲ, ਕਹਿੰਦਾ ਕੋਈ ਇੱਥੇ ਜਾਦੂ ਨਹੀਂ, ਕੋਈ ਜਾਦੂਗਿਰ ਨਹੀਂ, ਇਹ ਬੰਦਿਆਂ ਦੇ ਦਿਮਾਗ ਨੇ, ਨਾ ਕਿਸੇ ਕੋਲ ਜਾਦੂ ਹੱਥ ਦੀ ਸਫਾਈ ਹੈ। ਕਹਿੰਦਾ ਇਹ ਮੈਨੂੰ ਕੋਈ ਪਤਾ ਨਹੀਂ ਤੀ ਵੀ ਤੂੰ ਵਿਆਹਿਆ, ਮੈਨੂੰ ਕੋਈ ਪਤਾ ਤੂੰ ਸੁਣੇ, ਪਰ ਕਹਿੰਦਾ ਮੈਂ ਤੇਰੀਆਂ ਗੱਲਾਂ ਤੋਂ ਫੜੀ ਤੀ ਗੱਲ ਵੀ ਇਹ ਬੰਦੇ ਨੂੰ ਵਿਆਹਿਆ ਵੀ ਮੇਰੇ ਘਰ ਵਾਲੀ ਭੱਜੂਗੀ। ਠੀਕ ਹੈ ਗੱਲ। ਕਹਿੰਦਾ ਮੈਂ ਉਸੇ ਤੋਂ ਮੈਂ ਸਵਾਹ ਦੀ ਚੁੰਡੀ ਤੇਰੇ ਮੂੰਹ 'ਚ ਪਵਾਤੀ, ਤੂੰ ਠੀਕ ਹੋ ਗਿਆ, ਕਿਉਂ ਤੇਰਾ ਵਹਿਮ ਚੱਕਿਆ ਗਿਆ। ਕਹਿੰਦਾ ਵੀ ਬਾਬਾ ਗੱਲ ਹੈ ਤਾਂ ਮੈਨੂੰ ਵਹਿਮਤੀ, ਪਰ ਗੱਲ ਇਹ ਆ ਕਹਿੰਦਾ ਮੈਂ ਤਾਂ ਇਹ ਪੁੱਛਦਾ ਵੀ ਮੇਰੇ ਆਨੰਦ ਨਹੀਂ ਹੋਏ ਪਹਿਲਾਂ, ਇੱਕ ਤਾਂ ਇਹ ਮੈਨੂੰ ਵਹਿਮ ਰਿਹਾ, ਜਦੋਂ ਮੈਂ ਦੁਬਾਰੇ ਆਨੰਦ ਫੇਰੇ ਲੈ ਲਏ। ਕਹਿੰਦਾ ਉਦੋਂ ਭਾਵੇਂ ਯਾਰ ਇਹਨੇ ਕਹਿਤਾ ਮੈਨੂੰ ਐਂ ਵੀ ਇਹ ਕਿਤੇ ਲਾ ਵੀ ਹੁਣ ਤਾਂ ਇਦੂ ਪਹਿਲਾਂ ਤਾਂ ਸੁਖੀ ਤੀ ਹੁਣ ਦੁਖੀ ਹੁਣ। ਉਹ ਕਹਿੰਦਾ ਭਾਈ ਇਹਨੇ ਐਂ ਨਹੀਂ ਤੀ ਕਿਹਾ ਤੈਨੂੰ ਵੀ ਮੈਂ ਦੁਖੀ ਐਂ ਹੋ ਵੀ ਤੈਥੋਂ ਭੱਜੂਗੀ, ਇਹ ਚੀਜ਼ ਨਹੀਂ ਕਹੀ ਇਹਨੇ। ਕਹਿੰਦਾ ਹੋਰ, ਕਹਿੰਦਾ ਇਹਨੇ ਇਹ ਗੱਲ ਕਹੀ ਤੀ ਵੀ ਜਦੋਂ ਦੁਬਾਰੇ ਫੇਰੇ ਹੋ ਜਾਣ ਦੁਬਾਰੇ ਨਰਕ ਹੁੰਦਾ। ਕਹਿੰਦਾ ਕਿਵੇਂ? ਕਹਿੰਦਾ ਜਦੋਂ ਦੁਬਾਰੇ ਫੇਰੇ ਪਤਾ ਕਿਵੇਂ ਉਹਨਾਂ ਨੇ? ਕਹਿੰਦਾ ਕਿਵੇਂ ਉਹਨਾਂ ਨੇ? ਜਦੋਂ ਪਹਿਲਾਂ ਵਾਲਾ ਮਰ ਜੇ, ਜੇ ਤਾਂ ਘਰ ਵਾਲੀ ਮਰ ਜੇ ਤਾਂ ਬੰਦੇ ਦੇ ਫੇਰੇ ਦੁਬਾਰੇ ਹੁੰਦੇ ਨੇ, ਜੇ ਬੰਦਾ ਮਰ ਜੇ ਤਾਂ ਘਰ ਵਾਲੀ ਦੇ ਦੁਬਾਰੇ ਫੇਰੇ ਹੁੰਦੇ ਹੁੰਦੇ ਨੇ, ਫੇਰੇ ਦੋ ਤਾਂ ਹੁੰਦੇ ਹੁੰਦੇ ਨੇ, ਉਹਦਾ ਫੇਰੇ ਤਾਂ ਘੇਰੀ ਹੁੰਦੇ ਹੁੰਦੇ ਨੇ। ਕਹਿੰਦਾ ਫਿਰ ਬਾਬਾ ਹੁਣ ਮੈਂ ਕੀ, ਮੇਰੇ ਤਾਂ ਦੋ ਵਾਰਾਂ ਹੋ ਗਏ। ਕਹਿੰਦਾ ਦੇ ਵਾਰਾਂ ਕਿਉਂ ਨਹੀਂ? ਤੂੰ ਪੰਡਤ ਨੂੰ ਪੁੱਛ ਉਹਨੂੰ ਜਾ ਕੇ ਜਿਹਨੇ ਫੇਰੇ ਪੜ੍ਹੇ ਨੇ, ਜਿਹੜੇ ਨੇ ਜਮਾਂ ਪਹਿਲਾਂ ਪੜ੍ਹੇ ਤੀ, ਉਹਨੇ ਭਾਈ ਦੱਸ ਪੁੱਛ ਕਰੀ ਸਹੁਰਾ, ਤੂੰ ਮੈਨੂੰ ਤਾਂ ਪੰਡਤ ਦੱਸਿਆ ਕਿ ਪਲਾ ਉਹ ਕਿੱਥੇ ਆ, ਹੈਗਾ ਸੀ ਇਹਦੇ ਮੂੰਹ ਵਹਿਮੀ? ਉਹ ਕਹਿੰਦਾ ਭਾਈ ਦੇਖ ਲਾ, ਪੰਡਤ ਕੋਲ ਵੱਗ ਗਿਆ। ਉਹ ਕਹਿੰਦਾ ਬਾਬਾ ਮੈਨੂੰ ਐਂ ਦੱਸੇ ਵੀ ਮੇਰੇ ਫੇਰੇ ਕਿਉਂ ਨਹੀਂ ਪੜ੍ਹੇ ਉਹਨੇ ਮੁੰਡੇ ਨੇ ਸਹੀ? ਉਹ ਕਹਿੰਦਾ ਭਾਈ ਗੱਲ ਸੁਣ ਲੈ ਮੇਰੀ, ਹੋਰ ਤਾਂ ਸਾਰਾ ਕੁਛ ਮੈਂ ਉਹਨੂੰ ਦੱਸਤਾ ਤੀ ਵੀ ਐਂ ਕਰਨੇ ਪੈਂਦੇ ਨੇ, ਮੈਨੂੰ ਹੋ ਗਿਆ ਕੰਮ। ਕਹਿੰਦਾ ਮੈਂ ਉਹ ਸ਼ਬਦ ਪੜ੍ਹਨ ਨੂੰ ਦੱਸਤਾ ਹੜ ਭੁੱਲ ਗਿਆ, ਬਸ ਆਹੀ ਗੱਲ ਹੈ। ਕਹਿੰਦਾ ਸ਼ਬਦ ਨਹੀਂ ਪੜ੍ਹੇ ਹੁਣ ਕੀ, ਪੰਡਤ ਦੇ ਘਰ ਤੇ ਮਾਰਿਆ ਰੱਖੜਾ। ਕਹਿੰਦਾ ਫਿਰ ਤੂੰ ਉਦੀ ਦੱਸ, ਉੱਥੇ ਦੱਸਣ ਦਾ ਮੈਨੂੰ, ਮੈਂ ਸ਼ਬਦ ਨਹੀਂ ਜਾਣਦਾ। ਕਹਿੰਦਾ ਮੈਨੂੰ ਦੂਜੀ ਵਾਰ ਕੀ ਪੰਡਤ ਸੱਦਣ ਦੀ ਲੋੜ ਤੀ? ਕਹਿੰਦਾ ਕਿਉਂ? ਕਹਿੰਦਾ ਮੈਂ ਦੂਜੀ ਵਾਰ ਪੰਡਤ ਸੱਦਿਆ, ਕਹਿੰਦਾ ਮੈਨੂੰ ਹੋ ਗਿਆ ਵਹਿਮ। ਕਹਿੰਦਾ ਉੱਥੇ ਤਾਂ ਮੈਂ ਮੰਜੇ 'ਚ ਮੈਂ ਅੱਜ ਨੂੰ ਕੰਮ ਨਾ ਕਰਦਾ ਮੈਂ, ਤੂੰ ਉਹਦੀ ਕਹਿੰਦਾ ਭਾਈ ਮੈਂ ਫੇਰੇ ਪੜ੍ਹਨ ਨਹੀਂ ਜਾਂਦਾ, ਕੱਲੀ ਅਗਨੀ ਤੋਂ ਬੋਲ ਜਾਣਾ ਮੈਂ ਤਾਂ, ਮੈਨੂੰ ਕੀ ਤੀ? ਕਹਿੰਦਾ ਮੈਂ ਤਾਂ ਫੇਰ ਹੁਕਤੀ ਗਾ ਮੂਹਰੇ ਬੈਠਣਾ ਤੀ।
ਉਹਨੇ ਭਈ ਮੰਡ ਦਿਨ ਮੋੜ ਕਦੇ ਮਾਰਿਆ ਥਾਪੜਾ, ਕਹਿੰਦਾ ਜੇ ਤੈਨੂੰ ਅੱਜ ਕੀ ਯਕੀਨ ਹੋ ਗਿਆ ਉਹ ਦਿਨ ਦੀ ਜਦੋਂ ਤੈਨੂੰ ਫੇਰੇ ਪੜ੍ਹਨ ਦੀ ਨਹੀਂ ਪਤਾ ਤੈਨੂੰ, ਉਹ ਤਾਂ ਫਸਤਾ ਫਿਰ ਵੀ ਗਈ, ਜੇ ਕਹਿੰਦਾ 5-12 ਪੜ੍ਹਾ ਲਾ ਫਸਦੀ ਫਿਰ ਵੀ ਨਹੀਂ, ਮੈਂ ਤੈਨੂੰ ਦੱਸ ਤਾਂ ਦਿੱਤਾ ਸੀ ਮੈਂ ਵੀ ਚਾਹੇ 10-12 ਪੜ੍ਹਾ ਲਾ, ਹਾਂ ਇਹ ਐਡੀ ਕੁ ਚੁਟਕਲਾ ਦੀ ਤਾਂ।